ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਫਿਟਨੈਸ ਟ੍ਰੇਨਰ ਤੁਸੀਂ ਹੋ, ਠੀਕ ਹੈ, ਔਰ ਖੁਦ ਵੀ ਪੂਰੇ ਫਿਟ ਹੋ, ਇਸ ਲਾਈਨ ਦੇ ਵਿੱਚ ਆਏ ਕਿਸ ਤਰ੍ਹਾਂ? ਮਤਲਬ ਕਿਹਨੇ ਸੁਝਾਅ ਦਿੱਤਾ ਸੀ ਕਿ ਬਈ ਆਪ ਤਾਂ ਫਿਟ ਰਹਿਣਾ ਪਰ ਦੂਜਿਆਂ ਨੂੰ ਵੀ ਫਿਟ ਰੱਖਣਾ? ਮੈਮ, ਮੇਰੇ ਤਾਇਆ ਜੀ ਬੜੇ ਉੱਚ ਕੋਟੀ ਦੇ ਭਲਵਾਨ ਰਹੇ ਨੇ, ਨੈਸ਼ਨਲ ਪਲੇਅਰ ਰਹੇ ਨੇ। ਮੇਰੇ ਪਾਪਾ, ਉਹਨਾਂ ਨੇ ਕੰਪੀਟੀਸ਼ਨ ਕੋਈ ਨਹੀਂ ਖੇਡਿਆ, ਬਟ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਛਿੰਝਾਂ ਹੁੰਦੀਆਂ ਨੇ, ਭਲਵਾਨੀ ਹੁੰਦੀ ਹੈ, ਉਹ ਬਹੁਤ ਉਹਨਾਂ ਨੇ ਕੀਤੀ ਹੈ, ਤੇ ਉਹਨਾਂ ਤੋਂ ਇੰਸਪਾਇਰ ਹੋ ਗਏ। ਕਿੰਨੇ ਕੁ ਜਣਿਆਂ ਨੂੰ ਜਿਹੜਾ ਉਹ ਫਿਟਨੈਸ ਦੀ ਟ੍ਰੇਨਿੰਗ ਦੇ ਚੁੱਕੇ ਹੋ, ਕਿੰਨੇ ਕੁ ਜਣੇ ਫਿਟ ਕਰ ਚੁੱਕੇ ਹੋ? ਜਲੰਧਰ ਇਸ ਚੀਜ਼ ਨੂੰ ਬਾਖੂਬੀ ਜਾਣਦਾ, ਹੁਣ ਆਪਣੇ ਮੂੰਹ ਤੋਂ ਆਪਣੀ ਤਾਰੀਫ ਨਹੀਂ ਕੀਤੀ ਜਾ ਸਕਦੀ ਮੈਮ, ਪਰ ਮੈਂ ਇੰਨਾ ਕਹਿ ਸਕਦਾ ਕਿ ਹਾਂ, ਮੇਰੇ ਦਿੱਤੇ ਹੋਏ ਜਿੰਨੇ ਵੀ ਰਿਜ਼ਲਟਸ ਨੇ ਉਹ ਸਾਰੇ ਨੈਚੁਰਲ ਨੇ। 5 ਕਿਲੋ ਤੋਂ ਲੈ ਕੇ 80 ਕਿਲੋ ਤੱਕ ਲੋਕਾਂ ਨੇ ਮੇਰੇ ਕੋਲ ਭਾਰ ਘਟਾਏ ਹੈ, ਔਰ ਰਿਜ਼ਲਟਸ ਬਿਲਕੁਲ ਸਾਰੇ ਪੋਜ਼ਿਟਿਵ ਨੇ, ਔਰ ਰਿਜ਼ਲਟ ਜੋ ਲੋਕ ਉਹ ਲੋਕੀ ਹਜੇ ਵੀ ਗਵਾ ਬੈਠੇ। ਹਰ ਕੋਈ ਇਹ ਐਕਸਰਸਾਈਜ਼ ਕਰ ਸਕਦਾ ਹੁੰਦਾ ਜਾਂ ਬੇਸਿਕਸ ਵਾਲੀਆਂ ਤੋਂ ਸ਼ੁਰੂਆਤ ਕਰਦੇ ਹੋ? ਸਟਾਰਟਿੰਗ ਤਾਂ ਮੈਮ ਬੇਸਿਕਸ ਦੀ ਹੁੰਦੀ ਹੈ, ਜਦ ਤੱਕ ਸਾਡੇ ਅੰਦਰ ਪੋਜ਼ਿਟਿਵ ਵਾਈਬਸ ਨਹੀਂ ਹੈ, ਪੋਜ਼ਿਟਿਵ ਐਨਰਜੀ ਨਹੀਂ ਹੈ, ਤਦ ਤੱਕ ਅਸੀਂ ਆਪਣੇ ਰਿਜ਼ਲਟ ਨਹੀਂ ਵਧੀਆ ਕਰ ਸਕਦੇ। ਇਦਾਂ ਵੀ ਹੁੰਦਾ ਕਿ ਮਤਲਬ ਬਹੁਤ ਮੋਟਾ ਬੰਦਾ ਕੋਈ ਆਇਆ ਹੋਵੇ, ਹਨਾ, ਠੀਕ ਹੈ, ਤੇ ਉਹਨੇ ਸੋਚਿਆ ਹੋਵੇ ਕਿ ਮੈਂ ਵੇਟ ਲੂਜ਼ ਕਰਨਾ, ਪਰ ਤੁਹਾਨੂੰ ਲੱਗੇ ਕਿ ਇਹ ਤੇ ਐਕਸਰਸਾਈਜ਼ ਵੀ ਨਹੀਂ ਕਰ ਸਕਦਾ। ਇਹੋ ਜਿਹੀ ਸਿਚੁਏਸ਼ਨ ਨਾਲ ਤਾਂ ਮੈਮ ਲੜਦੇ ਲੜਦੇ 15 ਸਾਲ ਹੋ ਗਏ ਨੇ, ਔਰ 18 ਸਾਲ ਮੈਨੂੰ ਟ੍ਰੇਨਿੰਗ ਦਿੰਦੇ ਹੋ ਗਏ ਨੇ, ਔਰ ਇਸੇ ਸਿਚੁਏਸ਼ਨਾਂ ਦੇ ਵਿੱਚ ਮੈਮ ਸਭ ਨੂੰ ਪਤਲਾ ਕੀਤਾ। ਤੁਸੀਂ ਜਿਮ ਜਾਂਦੇ ਹੋ ਪਹਿਲਾਂ ਇੱਕਦਮ ਫਿੱਟ, ਹੈ ਨਾ, ਬੜਾ ਸਟ੍ਰਿਕਟ ਰਹਿਣਾ, ਔਰ ਬਾਅਦ ਵਿੱਚ ਜਿਮ ਛੱਡ ਦਿੰਦੇ ਨੇ, ਔਰ ਬਾਡੀ ਦਾ ਜਿਹੜਾ ਸਟਰਕਚਰ ਉਹ ਇੱਕਦਮ ਟੋਟਲੀ ਸਕਿਨ ਲੂਜ਼ ਹੋ ਜਾਂਦੀ ਆ, ਮਤਲਬ ਉਹ ਡੀ ਸ਼ੇਪਡ ਹੀ ਹੋ ਜਾਂਦੇ ਹੋ, ਫਿਰ ਬੰਦਾ ਲੱਗਦਾ ਕਿ ਜੇ ਜਿਮ ਕਰਦੇ ਸੀ ਤੇ ਇਹਨਾਂ ਨੇ ਛੱਡ ਕਿਉਂ ਦਿੱਤਾ, ਜੇ ਛੱਡਿਆ ਤੇ ਫਿਰ ਇੱਦਾਂ ਕੀ ਹੋਇਆ? ਜਦੋਂ ਕਰ ਰਹੇ ਸੀ ਰਿਜ਼ਲਟ ਆ ਰਹੇ ਸੀ ਜੀ, ਤੇ ਇਸ ਨੂੰ ਲੌਂਗ ਲਾਈਫ ਕਿਉਂ ਨਹੀਂ ਲੈ ਕੇ ਜਾਵੇ ਆਪਾਂ? ਲੋਕਾਂ ਦੇ ਵਿੱਚ ਬਹੁਤ ਤਗੜੇ ਨੇ, ਆਪਣੇ ਆਪ ਹੀ ਡਾਕਟਰ ਬਣ ਜਾਂਦੇ ਨੇ ਲੋਕ, ਹਾਂਜੀ, ਆਪਣੇ ਆਪ ਹੀ ਡਾਕਟਰ ਬਣ ਜਾਣਗੇ। ਤੂੰ ਜਿਮ ਨਾ ਕਰ, ਤੇਰੀ ਹਾਈਟ ਰੁਕ ਜਾਏਗੀ। ਆ ਕਿੱਦਾਂ ਹਾਈਟ ਰੁਕ ਜਾਏਗੀ? ਬਹੁਤ ਪਤਲਾ ਜਿਹਾ ਹੁੰਦਾ ਸੀਗਾ, ਤੇ ਮੈਂ ਫਿਰ ਥੋੜ੍ਹਾ ਜਿਹਾ ਫਿਰ ਉਹ ਇੰਟਾਂਸ ਬਣਿਆ ਕਿ ਹਾਂ ਜਿਮ ਕੀਤਾ ਜਾਏ, ਫਿਰ ਜਿਮ ਦੇ ਵਿੱਚ ਗਿਆ, ਫਿਰ ਜਿਮ ਦੇ ਵਿੱਚ ਜਾ ਕੇ ਫਿਰ ਮੈਮ ਡਿਸਟ੍ਰਿਕਟ, ਓਪਨ ਡਿਸਟ੍ਰਿਕਟ, ਫਿਰ ਆਲ ਪੰਜਾਬ ਹੈਲਥ ਕਲੱਬ ਵੱਲੋਂ ਮੈਮ 2003 ਦੇ ਵਿੱਚ ਮੈਂ ਖੇਡਿਆ ਸੀਗਾ, ਫਿਰ ਬਸ ਇੰਜਰੀਜ਼ ਦੇ ਚੱਲਦੇ ਥੋੜ੍ਹਾ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਮੇਰਾ, ਉਹਦੇ ਵਿੱਚ ਫਿਰ ਮੇਰੀ ਆ ਬਾਂਹ ਔਰ ਬੈਕ ਦੇ ਵਿੱਚ ਜਿਹੜਾ ਆ ਗਿਆ ਸੀਗਾ ਜ਼ੋਰ ਬਹੁਤ ਜ਼ਿਆਦਾ।